ਰਜਿੰਦਰ ਸਿੰਘ ਬੇਦੀ ਦੀ ਕਹਾਣੀ ਹੈ ਆਪਣੇ ਦੁੱਖ ਮੈਨੂੰ ਦੇ ਦਿਓ ਵਿਆਹ ਵਾਲੀ ਰਾਤ ਬਿਲਕੁਲ ਉਹ ਨਹੀਂ ਸੀ ਹੋਇਆ ਜੋ ਮਦਰ ਨੇ ਸੋਚਿਆ ਸੀ ਜਦੋਂ ਚਿਕਨੀ ਭਾਬੀ ਨੇ ਪਰਮਾ ਕੇ ਮਦਰ ਨੂੰ ਵਿੱਚ ਘਰ ਲੈ ਕਮਰੇ 'ਚ ਧੱਕ ਦਿੱਤਾ ਸੀ ਉਦੋਂ ਸਾਹਮਣੇ ਸ਼ਾਲ 'ਚ ਲਿਪਟੀ ਹੋਈ இந்து ਹਨੇਰੇ ਦਾ ਇੱਕ ਹਿੱਸਾ ਬਣੀ ਬੈਠੀ ਸੀ ਬਾਹਰ ਚਿਕਨੀ ਭਾਬੀ ਦਰਿਆਬਾਦ ਵਾਲੀ ਭੂਆ ਤੇ ਹੋਰ ਔਰਤਾਂ ਦਾ ਹਾਸਾ ਰਾਤ ਦੀ ਚੁੱਪ ਵਿੱਚ ਪਾਣੀ ਚ ਪਈ ਮਿਸ਼ਰੀ ਦੀ ਡਲੀ ਵਾਂਗੂ ਹੌਲੀ-ਹੌਲੀ ਘੁਲ ਰਿਹਾ ਸੀ ਸਾਰੀਆਂ ਔਰਤਾਂ ਇਹੋ ਸਮਝਦੀਆਂ ਸਨ ਕਿ ਐਡਾ ਵੱਡਾ ਹੋ ਜਾਣ ਤੇ ਵੀ ਮਦਨ ਕੁਝ ਨਹੀਂ ਸੀ ਜਾਣਦਾ ਕਿਉਂਕਿ ਜਦੋਂ ਉਹਨੂੰ ਅੱਧੀ ਰਾਤ ਨੂੰ ਸੁੱਤੇ ਨੂੰ ਜਗਾਇਆ ਗਿਆ ਤਾਂ ਬੁੜਬੁੜਾ ਰਿਹਾ ਸੀ ਕਿੱਥੇ ਕਿਉਂ ਲਈ ਜਾ ਰਹੇ ਹੋ ਮੈਨੂੰ ਇਹਨਾਂ ਔਰਤਾਂ ਦੇ ਆਪਣੇ ਦਿਨ ਬੀਤ ਚੁੱਕੇ ਸਨ ਪਹਿਲੀ ਰਾਤ ਬਾਰੇ ਇਹਨਾਂ ਦੇ ਸ਼ਰਾਰਤੀ ਪਤੀਆਂ ਨੇ ਜੋ ਕੁਝ ਕਿਹਾ ਤੇ ਮੰਨਿਆ ਮਨਵਾਇਆ ਸੀ ਉਹਨਾਂ ਦੇ ਕੰਨਾਂ 'ਚੋਂ ਦੀ ਢਿੰਕ ਵੀ ਬਾਕੀ ਨਹੀਂ ਸੀ ਰਹੀ ਉਹ ਖੁਦ ਰੱਚ-ਵੱਚ ਚੁਕੀਆਂ ਸਨ ਤੇ ਹੁਣ ਆਪਣੇ ਇੱਕ ਹੋਰ ਭੈਣ ਨੂੰ ਬਸਾਉਣ ਤੇ ਤੁਲੀਆਂ ਸਨ ਧਰਤੀ ਦੀਆਂ ਧੀਆਂ ਮਰਦ ਨੂੰ ਇੰਜ ਸਮਝਦੀਆਂ ਸਨ ਜਿਵੇਂ ਬੱਦਲ ਦਾ ਟੁਕੜਾ ਹੋਵੇ ਜਿਸਵਾਲ ਮੂੰਹ ਚੁੱਕ ਕੇ ਦੇਖਣਾ ਹੀ ਪੈਂਦਾ ਨਾ ਵਰੇ ਤਾਂ ਮੰਤਾ ਮੰਨਣੀਆਂ ਪੈਂਦੀਆਂ ਨੇ ਚੜਾਵੇ ਚੜਾਉਣੇ ਪੈਂਦੇ ਨੇ ਜਾਦੂ ਟੂਣੇ ਕਰਨੇ ਪੈਂਦੇ ਨੇ ਹਾਲਾਂਕਿ ਮਦਨ ਕਾਲਕਾ ਜੀ ਦੀ ਖੁੱਲੀ ਆਬਾਦੀ ਚ ਘਰ ਦੇ ਸਾਹਮਣੇ ਪਿਆ ਇਹੀ ਵੇਲਾ ਉਡੀਕ ਰਿਆ ਸੀ ਨਾਲੇ ਲੜਾਈ ਦੀ ਪੰਡ ਗਵਾਂਢੀ ਸਿਬਤੇ ਦੀ ਮੱਝ ਉਹਦੀ ਮੰਜੀ ਕੋਲੀ ਬੱਜੀ ਹੋਈ ਸੀ ਜਿਹੜੀ ਵਾਰੀ-ਵਾਰੀ ਫੁੰਕਾਰੇ ਮਾਰਦੀ ਮਦਨ ਨੂੰ ਸੁੰਘਦੀ ਤੇ ਉਹ ਹੱਥ ਚੁੱਕ ਕੇ ਉਹਨੂੰ ਪਰੰਗ ਕਰਨ ਦੀ ਕੋਸ਼ਿਸ਼ ਕਰਦਾ ਇੰਜ ਭਲਾਨੀਂ ਦਾ ਸਵਾਲ ਹੀ ਕਿੱਥੇ ਪੈਦਾ ਹੁੰਦਾ ਸੀ ਸਮੁੰਦਰ ਦੀਆਂ ਲਹਿਰਾਂ ਤੇ ਔਰਤਾਂ ਦੇ ਖੂਨ ਚ ਉਛਾਲ ਲਿਆਉਣ ਵਾਲਾ ਚੰਦ ਇੱਕ ਖਿੜਕੀ ਦੇ ਰਾਸਤੇ ਅੰਦਰ ਆ ਗਿਆ ਸੀ ਤੇ ਉਹ ਦੇਖ ਰਿਹਾ ਸੀ ਕਿ ਦਰਵਾਜ਼ੇ ਦੇ ਉਸ ਪਾਸੇ ਖੜਾ ਮਦਨ ਅਗਲਾ ਪੈਰ ਕਿੱਥੇ ਧਰੇਗਾ ਮਦਨ ਦੇ ਆਪਣੇ ਅੰਦਰ ਇੱਕ ਗੂੰਜ ਜੀ ਹੋ ਰਹੀ ਸੀ ਤੇ ਉਹਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਬਿਜਲੀ ਦਾ ਖੰਭਾ ਜਿਹਨੂੰ ਕੰਨ ਲਾ ਕੇ ਉਹਦੇ ਅੰਦਰਲੀ ਝੰਝਨਾਹਟ ਸੁਣੀ ਜਾ ਸਕਦੀ ਹੈ ਕੁੱਚੇ ਰਵੇ ਵਿੱਚ ਖੜੇ ਰਹਿਣ ਪਿਛੋਂ ਨੇ ਪਲੰਗ ਨੂੰ ਖਿਸੀਟ ਕੇ ਚੰਦ ਦੀ ਚਾਨਣੀ 'ਚ ਕਰ ਦਿੱਤਾ ਤਾਂ ਕਿ ਲਾੜੀ ਦਾ ਮੂੰਹ ਤਾਂ ਵੇਖ ਸਕੇ ਫਿਰ ਉਹ ਰੁਕ ਗਿਆ ਉਹਨੇ ਸੋਚਿਆ இந்து ਮੇਰੀ ਪਤਨੀ ਹੈ ਕੋਈ ਉਪਰੀ ਔਰਤ ਨਹੀਂ ਜਿਹਨੂੰ ਨਾਂ ਛੁਣਨ ਦਾ ਸਬਕ ਬਚਪਨ ਤੋਂ ਪੜਦਾ ਆਇਆ ਸ਼ਾਲ 'ਚ ਲਿਪਟੀ ਹੋਈ ਲਾੜੀ ਨੂੰ ਵੇਖਦਿਆਂ ਹੋਇਆਂ ਉਹਨੇ ਫਿਰ ਉਨੇ ਫਰਜ਼ ਕਰ ਲਿਆ ਇੱਥੇ இந்து ਦਾ ਮੂੰਹ ਹੋਏਗਾ ਹੱਥ ਵਧਾ ਕੇ ਉਹਨੇ ਕੋਲ ਪਈ ਗੰਡੜੀ ਨੂੰ ਛੂਇਆ ਤਾਂ ਉਹ ਉਹੀ இந்து ਦਾ ਮੂੰਹ ਸੀ ਮਦਨ ਨੇ ਸੋਚਿਆ ਉਹ ਆਸਾਨੀ ਨਾਲ ਮੈਨੂੰ ਆਪਣਾ ਆਪ ਨਹੀਂ ਵੇਖਣ ਦੇਗੀ ਪਰ இந்து ਨੇ ਅਜੇ ਕੁਝ ਨਹੀਂ ਸੀ ਕੀਤਾ ਜਿਵੇਂ ਪਿਛਲੇ ਕਈ ਸਾਲਾਂ ਤੋਂ ਉਹਨੂੰ ਵੀ ਐਸੇ ਪਲ ਦੀ ਉਡੀਕ ਹੋ ਗਈ ਤੇ ਕਿਸੇ ਕਲਪਿਤ ਮੱਝ ਦੇ ਸੁੰਘਦੇ ਰਹਿਣ ਕਰਕੇ ਉਹਨੂੰ ਵੀ ਨੀਂਦ ਨਾ ਆ ਰਹੀ ਹੋਵੇ ਉੱਡੀ ਹੋਈ ਨੀਂਦ ਤੇ ਬੰਦ ਅੱਖਾਂ ਦੀ ਵਿੱਚ ਐਨੀ ਹਨੇਰੇ ਦੇ ਬਾਵਜੂਦ ਪਰ ਤੱਕ ਫੜਫੜਾਉਂਦੀ ਨਜ਼ਰ ਆ ਰਹੀ ਸੀ ਠੋਡੀ ਤੱਕ ਪਹੁੰਚਦੇ ਹੋਏ ਆਮ ਕਰਕੇ ਚਿਹਰਾ ਲੰਬੂਤਰਾ ਹੋ ਜਾਂਦਾ ਹੈ ਪਰ ਇੱਥੇ ਤਾਂ ਸਭ ਕੁਝ ਗੋਲ-ਗੋਲ ਸੀ ਸ਼ਾਇਦ ਇਸੇ ਲਈ ਚੰਦ ਵਾਂਗ ਗੱਲਾਂ ਤੇ ਬੁੱਲਾਂ ਵਿੱਚਕਾਰ ਇੱਕ ਛਾਂਦਾਰ ਗੁਫਾ ਜਿਹੀ ਬਣੀ ਹੋਈ ਸੀ ਜਿਵੇਂ ਦੋ ਹਰੇ ਭਰੇ ਢਿੱਲਿਆਂ ਵਿੱਚਕਾਰ ਹੁੰਦੀ ਹੈ ਮੱਥਾ ਕੁਛ ਛੋਟਾ ਸੀ ਪਰ ਉਸ ਤੋਂ ਅੱਗੇ ਇੱਕਦਮ ਕੁੰਗਰਾਲੇ ਵਾਲ ਉਗੇ ਸਨ ਉਦੋਂ ਹੀ இந்து ਨੇ ਆਪਣਾ ਚਿਹਰਾ ਛੁਡਾ ਲਿਆ ਜਿਵੇਂ ਉਹਨੂੰ ਦੇਖਣ ਦੀ ਇਜਾਜ਼ਤ ਤਾਂ ਦਿੱਤੀ ਹੋਵੇ ਪਰ ਇੰਨੀ ਦੇਰ ਤੱਕ ਨਹੀਂ ਆਖਰ ਸ਼ਰਮ ਦੀ ਵੀ ਤਾਂ ਕੋਈ ਹੱਦ ਹੁੰਦੀ ਹੈ ਮਦਨ ਨੇ ਜ਼ਰਾ ਤਕੜੇ ਹੱਥਾਂ ਨਾਲ 온ਜੀ ਹੂ ਹਾਂ ਕਰਦਿਆਂ ਹੋਇਆਂ ਲਾੜੀ ਦਾ ਚਿਹਰਾ ਫੇਰ ਉੱਤੇ ਚੁੱਕਿਆ ਸ਼ਰਾਬੀਆਂ ਵਰਗੀ ਆਵਾਜ਼ 'ਚ ਕਿਹਾ இந்து இந்து ਕੁਝ ਡਰ ਜੀ ਗਈ ਜ਼ਿੰਦਗੀ 'ਚ ਪਹਿਲੀ ਵਾਰੀ ਕਿਸੇ ਉਪਰੇ ਆਦਮੀ ਨੇ ਇੰਜ ਉਹਦਾ ਨਾਂ ਲਿਆ ਸੀ ਤੇ ਉਹ ਭਰਾ ਆਦਮੀ ਕਿਸੇ ਰੱਬੀ ਹੱਕ ਸਦਕਾ ਰਾਤ ਦੇ ਹਨੇਰੇ 'ਚ ਹੌਲੀ-ਹੌਲੀ ਉਸ ਇਕੱਲੀ ਨੇ ਹੱਥੀ ਤੇ ਮਜਬੂਰ ਔਰਤ ਦਾ ਆਪਣਾ ਬਣਦਾ ਜਾ ਰਿਹਾ ਸੀ இந்து ਨੇ ਪਹਿਲੀ ਵਾਰ ਉਹਨੂੰ ਉੱਤੋਂ ਹੇਠਾਂ ਤੱਕ ਦੇਖਦਿਆਂ ਹੋਇਆਂ ਫੇਰ ਅੱਖਾਂ ਬੰਦ ਕਰ ਲਈਆਂ ਤੇ ਸਿਰਫ ਇੰਨਾ ਕਿਹਾ ਜੀ ਉਹਨੂੰ ਖੁਦ ਆਪਣੀ ਆਵਾਜ਼ ਕਿਸੇ ਪਤਾਲ ਚੋਂ ਆਉਂਦੀ ਸੁਣਾਈ ਦਿੱਤੀ ਸੀ ਬੜੀ ਦੇਰ ਜਿਆ ਹੁੰਦਾ ਹੀ ਰਿਹਾ ਫਿਰ ਹੌਲੀ ਹੌਲੀ ਗੱਲਾਂ ਤੁਰ ਪਈਆਂ ਹੁਣ ਜਦੋਂ ਤੁਰੀਆਂ ਤਾਂ ਰੁਕਣ ਚ ਹੀ ਨਹੀਂ ਸੀ ਆਉਂਦੀਆਂ இந்து ਦੇ ਪਿਤਾ இந்து ਦੀ ਮਾਂ இந்து ਦੇ ਭਰਾ ਮਦਨ ਤੇ ਭੈਣ ਭਰਾ ਪਿਓ ਉਹਨਾਂ ਦੀ ਰੇਲਵੇ ਮੇਲ ਸਰਵਿਸ ਦੀ ਨੌਕਰੀ ਉਹਨਾਂ ਦੇ ਸੁਭਾਅ ਕੱਪੜਿਆਂ ਦੀ ਪਸੰਦ ਖਾਣ ਪੋਣ ਦੀ ਆਦਤ ਸਭ ਕਾਸੀ ਤੇ ਤਬਸਰਾ ਹੋਣ ਲੱਗਾ ਵਿੱਚ ਵਿੱਚ ਮਦਨ ਗੱਲਬਾਤ ਤੋਂ ਪਰਾਂ ਹਟਦੇ ਆਂ ਕੁਝ ਹੋਰ ਵੀ ਕਰਨਾ ਚਾਹੁੰਦਾ ਤਾਂ ਹਿੰਦੂ ਕਚਾਲੀ ਦੇ ਜਾਂਦੀ ਬੜੀ ਮਜਬੂਰੀ ਤੇ ਬੇਬਸੀ ਚ ਮਦਨ ਨੇ ਆਪਣੀ ਮਾਂ ਦੀ ਗੱਲ ਧੂਰੀ ਜਿਹੜੀ ਉਹਨੂੰ 7 ਸਾਲ ਦਾ ਛੱਡ ਕੇ ਮੌਤ ਦੇ ਕਲਾਵੇ ਚ ਚਲੀ ਗਈ ਸੀ ਜਿੰਨਾ ਚਿਰ ਜਿਉਂਦੀ ਰਹੀ ਵਿਚਾਰੀ ਮਦਨ ਨੇ ਕਿਹਾ ਬਾਉ ਜੀ ਦੇ ਹੱਥ ਦਵਾਈ ਦੀਆਂ ਸ਼ੀਸ਼ੀਆਂ ਹੀ ਰਹੀਆਂ ਅਸੀਂ ਹਸਪਤਾਲ ਦੀਆਂ ਪੌੜੀਆਂ ਉੱਤੇ ਤੇ ਛੋਟਾ ਪਾਸ਼ੀ ਘਰੇ ਕੀੜਿਆਂ ਦੇ ਭੌਣ ਉੱਤੇ ਸੌਂਦੇ ਰਹੇ ਤੇ ਆਖਰ ਇੱਕ ਦਿਨ 28 ਮਾਰਚ ਦੀ ਸ਼ਾਮ ਤੇ ਮਦਨ ਚੁੱਪ ਹੋ ਗਿਆ ਕੁਝ ਪਲਾਂਚੀਓ ਰੋਣ ਤੋਂ ਜ਼ਰਾ ਇੱਧਰ ਤੇ ਪੁੱਬਾਂ ਤੋਂ ਜ਼ਰਾ ਉੱਧਰ ਪਹੁੰਚ ਗਿਆ இந்து ਨੇ ਘਬਰਾ ਕੇ ਮਦਨ ਦਾ ਸਿਰ ਆਪਣੀ ਛਾਤੀ ਨਾਲ ਲਾ ਲਿਆ ਉਸ ਰੋਣ ਨੇ இந்து ਨੂੰ ਵੀ ਪਲਕੂ ਲਈ ਆਪਣੇ ਪੰਦ ਦੇ ਇੱਧਰ ਤੇ ਉੱਪਰੇ ਪੰਦ ਦੇ ਉੱਧਰ ਪਹੁੰਚਾਤਾ ਸੀ ਮਦਨ இந்து ਤੋਂ ਕੁਝ ਹੋਰ ਵੀ ਚਾਹੁੰਦਾ ਸੀ ਪਰ இந்து ਨੇ ਉਹਦੇ ਹੱਥ ਫੜ ਲਏ ਤੇ ਕਿਹਾ ਮੈਂ ਤਾਂ ਪੜੀ ਲਿਖੀ ਨਹੀਂ ਜੀ ਪਰ ਮੈਂ ਮਾਪਿਓ ਦੇਖਿਆ ਭਰਾ ਤੇ ਭਾਬੀਆਂ ਦੇਖੀਆਂ ਅਨੇਕਾਂ ਹੋਰ ਲੋਕ ਦੇਖੇ ਐ ਇਸ ਲਈ ਮੈਂ ਕੁਝ ਸਮਝ ਦੀ ਬੁਝਦੀ ਆ ਮੈਂ ਹੁਣ ਤੁਹਾਡੀਆਂ ਆਪਣੇ ਬਦਲੇ ਚ ਤੁਹਾਨੂੰ ਇੱਕੋ ਚੀਜ਼ ਮੰਗਦੀ ਆ ਰੋਣ ਵੇਲੇ ਤੇ ਉਸ ਤੋਂ ਪਿੱਛੋਂ ਵੀ ਇੱਕ ਨਸ਼ਾ ਜਿਹਾ ਸੀ ਮਦਨ ਨੇ ਕੁਝ ਬੇਬਸੀ ਤੇ ਕੁਝ ਦਰਿਆਦਲੀ ਤੇ ਮਿਲੇ ਜੁਲੇ ਸ਼ਬਦਾਂ ਚ ਕਿਹਾ ਕੀ ਮੰਗਦੀ ਐ ਤੂੰ ਜੋ ਵੀ ਕਹੇਂਗੀ ਮੈਂ ਦਿਆਂਗਾ ਪੱਕੀ ਗੱਲ ਇਹਨੂੰ ਬੋਲੀ ਮਦਨ ਕੋ ਜੋ ਤਾਵਲਾ ਜਿਹਾ ਹੋ ਕੇ ਬੋਲਿਆ ਹਾਂ ਹਾਂ ਕਹਿ ਦਿੱਤਾ ਨਾ ਪੱਕੀ ਗੱਲ ਪਰ ਇਸ ਦੌਰਾਨ ਮਦਨ ਦੇ ਮਨ ਚ ਇੱਕ ਸੰਸਾ ਉੱਠਿਆ ਮੇਰਾ ਕਾਰੋਬਾਰ ਪਹਿਲਾ ਹੀ ਮੰਨਦਾ ਹੈ ਤੇ ਜੇ இந்து ਨੇ ਕੋਈ ਅਜਿਹੀ ਚੀਜ਼ ਮੰਗ ਲਈ ਜਿਹੜੀ ਪਹੁੰਚ ਤੋਂ ਬਾਹਰ ਹੋਈ ਤਾਂ ਕੀ ਬਣੇਗਾ ਪਰ இந்து ਨੇ ਮਦਨ ਦੇ ਖੁਰਦਰੇ ਹੱਥਾਂ ਨੂੰ ਆਪਣੇ ਦੋਵਾਂ ਹੱਥਾਂ 'ਚ ਲੈਂਦੇ ਆ ਤੇ ਉਸ ਉੱਤੇ ਆਪਣੀ ਗੱਲ ਰੱਖਦਿਆਂ ਕਿ ਤੁਸੀਂ ਆਪਣੇ ਦੁੱਖ ਮੈਨੂੰ ਦੇ ਦਿਓ ਮਦਨ ਹੈਰਾਨ ਰਹਿ ਗਿਆ ਨਾਲ ਹੀ ਉਹਨੂੰ ਆਪਣੇ ਆਪ ਤੋਂ ਇੱਕ ਬੋਝ ਲੱਥਦਾ ਹੋਇਆ ਮਹਿਸੂਸ ਹੋਇਆ ਉਹਨੇ ਚਾਨਣੀ 'ਚ ਇੱਕ ਵਾਰ ਫੇਰ இந்து ਦਾ ਚਿਹਰਾ ਦੇਖਣ ਦੀ ਕੋਸ਼ਿਸ਼ ਕੀਤੀ ਪਰ ਸਾਫ਼ ਸਪਸ਼ਟ ਕੁਝ ਨਾ ਦਿਖਾਈ ਦਿੱਤਾ ਉਨੇ ਸੋਚਿਆ ਇਹ ਮਾਂ ਜਾਂ ਕਿਸੇ ਸਹੇਲੀ ਦਾ ਰਟਾਇਆ ਹੋਇਆ ਵਾਕ ਹੋਏਗਾ ਜਿਹੜਾ ਹਿੰਦੂ ਨੇ ਬੋਲ ਦਿੱਤਾ ਬਸ ਉਦੋਂ ਹੀ ਇੱਕ ਕੋਸਾ ਜਿਹਾ ਥਰੂ ਮਦਨ ਦੇ ਹੱਥ ਦੇ ਪੁੱਠੇ ਪਾਸੇ ਉੱਤੇ ਡਿੱਗਿਆ ਉਹਨੇ ਹਿੰਦੂ ਨੂੰ ਆਪਣੇ ਨਾਲ ਘੁੱਟ ਦੇ ਕੇ ਆ ਦਿੱਤਾ ਪਰ ਇਹਨਾਂ ਸਾਰੀਆਂ ਗੱਲਾਂ ਨੇ ਮਦਨ ਤੋਂ ਉਹਦੀ ਪਸ਼ੂ ਬਿਰਤੀ ਖੋ ਲਈ ਸੀ ਸਾਰੇ ਮਹਿਮਾਨ ਇੱਕ ਕਰਕੇ ਵਿਦਾ ਹੋ ਗਏ ਚਿਕਨੀ ਭਾਬੀ ਦੋ ਬੱਚਿਆਂ ਨੂੰ ਉਂਗਲ ਲਾਈ ਤੇ ਤੀਜਾ ਪੌੜੀਆਂ ਦੀ ਉੱਚ ਨੀਚ ਤੋਂ ਸੰਭਾਲਦੀ ਹੋਈ ਤੁਰ ਗਈ ਦਰਿਆਬਾਦ ਵਾਲੇ ਭੂਆ ਜਿਹੜੀ ਆਪਣੇ ਨੌ ਲੱਖੇ ਹਾਰ ਦੇ ਗਵਾਚ ਜਾਣ ਕਰਕੇ ਰੋਟੀ ਦੀ ਪਿੱਟ ਦੀ ਤੇ ਦੰਦਲਾਂ ਪਾਉਂਦੀ ਰਹੀ ਸੀ ਤੇ ਜਿਹੜੀ ਜਿਹੜਾ ਬਾਥਰੂਮ 'ਚ ਪਿਆ ਲੱਭ ਗਿਆ ਸੀ ਦਹੇਜ ਵਿੱਚੋਂ ਆਪਣੇ ਹਿੱਸੇ ਦੇ ਤਿੰਨ ਕੱਪੜੇ ਲੈ ਕੇ ਚਲੀ ਗਈ ਫਿਰ ਚਾਚਾ ਜੀ ਗਏ ਜਿਨ੍ਹਾਂ ਨੂੰ ਉਹਨਾਂ ਦੇ ਜੇਪੀ ਬਣਨ ਦੀ ਖਬਰ ਰਾਈ ਤਾਰ ਮਿਲ ਗਈ ਸੀ ਤੇ ਸ਼ਾਇਦ ਉਹ ਖਲਾੜਚ ਉਹ ਮਦਦ ਦੀ بجائے ਲਾੜੀ ਦਾ ਮੂੰਹ ਚੁੰਮਣ ਲੱਗੇ ਸਨ ਕਰੇ ਬੁੱਢੇ ਪਿਤਾ ਜੀ ਰਹਿ ਗਏ ਸਨ ਤੇ ਛੋਟੇ ਭੈਣ ਭਰਾ ਛੋਟੀ ਦੁਲਾਰੀ ਤਾਂ ਹਰ ਵੇਲੇ ਭਾਬੀ ਦੇ ਗੋਡੇ ਮੁੱਢ ਬੈਠੀ ਰਹਿੰਦੀ ਗਲੀ ਮੁਲੇ ਦੀ ਜਿਹੜੀ ਗਵੰਡ ਲਾੜੀ ਨੂੰ ਵੇਖਣ ਆਵੇ ਉਸ ਕੋਲ ਜਾ ਜਾ ਨਾ ਬੈਠੇ ਬੈਠੇ ਤਾਂ ਕਿੰਨਾ ਚਿਰ ਬੈਠੇ ਇਹ ਸਭ ਉਹਦੇ ਹੱਥ ਵਾਸ ਸੀ ਆਖਰ ਇਹ ਸਭ ਖਤਮ ਹੋਇਆ ਤੇ ਇਹਨੂੰ ਹੌਲੀ ਹੌਲੀ ਪੁਰਾਣੀ ਹੋਣ ਲੱਗੀ ਪਰ ਕਲਕਾ ਜੀ ਦੀ ਇਸ ਨਵੀਂ ਆਬਾਦੀ ਵਾਲੇ ਲੋਕ ਮਦਨ ਦੇ ਘਰ ਦੇ ਸਾਹਮਣੇ ਰੁੱਕ ਜਾਂਦੇ ਤੇ ਕਿਸੇ ਵੀ ਬਹਾਨੇ ਨਾਲ ਅੰਦਰ ਆ ਜਾਂਦੇ இந்து ਉਹਨਾਂ ਨੂੰ ਦੇਖਦੇ ਝਟ ਖੁੰਡ ਕੱਢ ਲੈਂਦੀ ਪਰ ਇਸ ਛੋਟੇ ਜਿਹੇ ਵਕਫੇ 'ਚ ਉਹਨੂੰ ਜੋ ਵੀ ਵਿਖਾਈ ਦੇ ਜਾਂਦਾ ਉਹ ਬਿਨਾਂ ਖੁੰਡ ਦੇ ਵਿਖਾਈ ਵੀ ਨਹੀਂ ਸੀ ਦੇ ਸਕਦਾ ਮਦਨ ਦਾ ਕਾਰੋਬਾਰ ਗੰਦੇ ਬਰੋਜੇ ਦਾ ਸੀ ਕਿਤੇ ਵੱਡੀ ਸਪਲਾਈ ਵਾਲੇ ਦੋ ਤਿੰਨ ਜੰਗਲਾਂ 'ਚ ਚੀਲ ਦੇ ਦੇਵਦਾਰ ਦੇ ਰੁੱਖਾਂ ਨੂੰ ਅੱਗ ਲੱਗ ਗਈ ਸੀ ਤੇ ਪੜਪੜ ਮੱਚ ਕੇ ਸੁਆਹ ਹੋ ਗਏ ਸਨ ਮੈਸੂਰ ਤੇ ਅਸਾਮ ਤੋਂ ਮੰਗਵਾਇਆ ਹੋਇਆ ਬਰੋਜਾ ਮਹਿੰਗਾ ਪੈਂਦਾ ਸੀ ਤੇ ਲੋਕ ਉਹਨੂੰ ਮੰਗੇ ਭਾ ਖਰੀਦਣ ਲਈ ਤਿਆਰ ਨਹੀਂ ਸਨ ਇੱਕ ਤਾਂ ਮਦਨੀ ਘਟ ਹੋ ਗਈ ਸੀ ਤੇ ਦੂਜਾ ਮਦਨ ਜਲਦੀ ਦੁਕਾਨ ਤੇ ਉਹਦੇ ਨਾਲ ਵਾਲਾ ਦਫਤਰ ਬੰਦ ਕਰਕੇ ਘਰ ਆ ਜਾਂਦਾ ਘਰ ਪਹੁੰਚ ਕੇ ਉਹਦੀ ਪੂਰੀ ਕੋਸ਼ਿਸ਼ ਹੁੰਦੀ ਕਿ ਸਾਰੇ ਜਣੇ ਖਾ ਪੀ ਕੇ ਜਲਦੀ ਤੋਂ ਜਲਦੀ ਆਪੋ ਆਪਣੇ ਬਿਸਤਰਿਆਂ 'ਚ ਪਹੁੰਚ ਜਾਣ ਇਸੇ ਲਈ ਖਾਣੇ ਵੇਲੇ ਉਹ ਥਾਲੀਆਂ ਚੁੱਕ-ਚੁੱਕ ਕੇ ਬਾਉ ਜੀ ਤੇ ਭੈਣ ਭਰਾਵਾਂ ਦੇ ਅੱਗੇ ਰੱਖਦਾ ਖਾ ਹਟਣ ਪਿੱਛੋਂ ਝੂਠੇ ਭਾਂਡੇ ਸਿਮੇਟ ਕੇ ਨਲਕੇ ਕੋਲ ਰੱਖ ਆਉਂਦਾ ਸਾਰੇ ਸਮੇਂ ਦੇ ਬਹੂ ਭਾਬੀ ਨੇ ਮਦਨ ਦੇ ਸਿਰ ਚ ਕੁਝ ਪਾ ਦਿੱਤਾ ਤਾਂ ਹੀਆ ਤਾਂ ਹੁਣ ਉਹ ਘਰ ਦੇ ਕੰਮ ਕਾਜ ਚ ਦਿਲਚਸਪੀ ਲੈਣ ਲੱਗ ਪਿਆ ਮਦਨ ਸਭ ਤੋਂ ਵੱਡਾ ਸੀ ਕੁੰਦਨੋਂ ਤੋਂ ਛੋਟਾ ਤੇ ਪਾਸ਼ੀ ਸਭ ਤੋਂ ਛੋਟੀ ਤੇ ਜਦੋਂ ਕੁੰਦਨ ਭਾਬੀ ਦੇ ਸਵਾਗਤ ਚ ਉਹਨੂੰ ਸਾਰਿਆਂ ਨਾਲ ਬੈਠ ਕੇ ਖਾਣ ਲਈ ਕਹਿੰਦਾ ਤਾਂ ਪਿਤਾ ਧਨੀਰਾਮ ਉੱਥੇ ਉਹਨੂੰ ਤਾੜ ਦਿੰਦੇ ਤੂ ਖਾ ਰਾਮ ਨਾਲ ਬਹਿ ਕੇ ਉਹ ਕਹਿੰਦੇ ਉਹ ਵੀ ਖਾ ਲਏਗੀ ਤੇ ਫਿਰ ਰਸੋਈ ਵਾਲ ਦੇਖਦੇ ਰਹਿੰਦੇ ਤੇ ਜਦੋਂ ਬਹੂ ਖਾਣ ਪੀਣ ਤੋਂ ਵਿਹਲੀ ਹੋ ਜਾਂਦੀ ਤੇ ਭਾਂਡਿਆਂ ਵੱਲ ਹੁੰਦੀ ਤਾ ਉਹਨੂੰ ਰੋਕਦੇ ਕਹਿੰਦੇ ਰਹਿਣ ਦੇ ਬਹੂ ਭਾਂਡੇ ਸਵੇਰੇ ਹੋ ਜਾਣਗੇ இந்து ਕਹਿੰਦੀ ਨਹੀਂ ਬਾਉ ਜੀ ਮੈਂ ਹੁਣੇ ਮਾਣ ਦੇਨੀ ਆ ਮਿੰਟਾਂ ਚ ਤੇ ਫਿਰ ਬਾਉ ਤਨੀ ਰਾਮ ਅਤ ਭਾਵਕ ਆਵਾਜ਼ ਸੇ ਕਹਿੰਦੇ ਮਦਨ ਦੀ ਮਾਂ ਹੁੰਦੀ ਤੈ ਸਭ ਤੈਨੂੰ ਕਰਨ ਦਿੰਦੀ ਤੇ இந்து ਝੱਟ ਆਪਣੇ ਹੱਥ ਰੋਕ ਲੈਂਦੀ ਛੋਟਾ ਪਾਸ਼ੀ ਭਾਬੀ ਤੋਂ ਸ਼ਰਮਾਉਂਦਾ ਸੀ ਇਸ ਖਿਆਲ ਨਾਲ ਕਿ ਲਾੜੀ ਦੀ ਗੋਦ ਛੇਤੀ ਹਰੀ ਹੋਵੇ ਚਿਕਨੀ ਭਾਬੀ ਤੇ ਦਰਿਆਬਾਦ ਵਾਲੀ ਭੂਆ ਨੇ ਇੱਕ ਰਸਮ ਅਨੁਸਾਰ ਪਾਸ਼ੀ ਨੂੰ ਹਿੰਦੂ ਦੀ ਗੋਦੀ 'ਚ ਬਿਠਾ ਦਿੱਤਾ ਸੀ ਉਦੋਂ ਤੋਂ ਹੀ ਹਿੰਦੂ ਉਹਨੂੰ ਨਾ ਸਿਰਫ ਆਪਣਾ ਦਿਓਰ ਬਲਕਿ ਬਾਲ ਹੀ ਸਮਝਣ ਲੱਗ ਪਈ ਸੀ ਜਦੋਂ ਪਿਆਰ ਨਾਲ ਪਾਸ਼ੀ ਨੂੰ ਆਪਣੀ ਬੁੱਕਲ 'ਚ ਲੈਣ ਦੀ ਕੋਸ਼ਿਸ਼ ਕਰਦੀ ਉਹ ਕਬਰਾ ਜਾਂਦਾ ਤੇ ਆਪਣੇ ਆਪ ਨੂੰ ਛੁਡਾ ਕੇ ਦੋ ਹੱਥ ਦੀ ਦੂਰੀ ਤੇ ਜਾ ਖੜਾ ਹੁੰਦਾ ਦੇਖਦਾ ਤੇ ਹੱਸਦਾ ਕਹਿੰਦਾ ਕੋਲ ਆਉਂਦਾ ਨਾ ਦੂਰ ਜਾਂਦਾ ਸਬਬ ਨਾਲ ਉਦੋਂ ਬਾਉ ਜੀ ਹਮੇਸ਼ਾ ਉੱਥੇ ਹੁੰਦੇ ਤੇ ਪਾਸ਼ੀ ਨੂੰ ਤਾੜਦੇ ਕਹਿੰਦੇ ਓਏ ਜਾ ਨਾ ਭਾਬੀ ਪਿਆਰ ਕਰਦੀ ਏ ਹੁਣੇ ਤੋਂ ਵੱਡਾ ਬਣ ਗਿਆ ਐ ਤੂੰ ਤੇ ਦੁਲਾਰੀ ਤਾਂ ਖੜਾ ਹੀ ਨਹੀਂ ਸੀ ਛੱਡਦੀ ਹੁੰਦੀ ਉਹਦੀ ਮੈਂ ਤਾਂ ਭਾਬੀ ਦੇ ਨਾਲ ਹੀ ਸਮਾਂਗੀ ਦੀ ਜਿੱਦ ਨੇ ਤਾਂ ਬਾਉ ਜੀ ਅੰਦਰ ਕੋਈ ਜਨਾਰਧਨ ਜਗਾ ਦਿੱਤਾ ਸੀ ਇੱਕ ਰਾਤ ਇਸੇ ਗੱਲ ਦੀ ਜਿੱਦ ਕਰਕੇ ਦੁਲਾਰੀ ਦੇ ਜ਼ੋਰਦਾਰ ਥੱਪੜ ਵੀ ਪਿਆ ਤੇ ਉਹ ਘਰ ਦੀ ਅੱਧੀ ਕੱਚੀ ਅੱਧੀ ਪੱਕੀ ਨਾਲੀ 'ਚ ਜਾ ਡਿੱਗੀ ਇੰਦੂ ਨੇ ਔਲ ਕੇ ਚੁੱਕਿਆ ਤਾਂ ਸਿਰ ਤੋਂ ਦੁਪੱਟਾ ਉੱਡ ਗਿਆ ਵਾਲਾਂ ਦੇ ਫੁੱਲ ਤੇ ਚਿੜੀਆਂ ਮੰਗਦਾ ਸਿੰਧੂਰ ਤੇ ਕੰਨਾਂ ਦੇ ਝੁੰਮਕੇ ਸਭ ਨੰਗੇ ਹੋ ਗਏ। ਬੌਜੀ இந்து ਨੇ ਹੌਕਾ ਜਿਹਾ ਖਿੱਚ ਕੇ ਕਿਹਾ ਇੱਕੋ ਵੇਲੇ ਦੁਲਾਰੀ ਨੂੰ ਚੁੱਕਦਿਆਂ ਤੇ ਸਿਰ ਦਾ ਦੁਪੱਟਾ ਠੀਕ ਕਰਦਿਆਂ இந்து ਨੂੰ ਮੁੜਕਾ ਆ ਗਿਆ ਸੀ। ਉਹਨੇ ਬੇਮਾਂ ਦੀ ਬੱਚੀ ਨੂੰ ਛਾਤੀ ਨਾਲ ਲਾ ਕੇ ਉਹਨੂੰ ਇੱਕ ਪਲੰਗ ਤੇ ਪਾ ਦਿੱਤਾ। ਜਿਸ ਉੱਤੇ ਗੱਦੇ ਤੇ ਸਹਰਾਣੇ ਪਏ ਸੀ, ਨਾ ਕਿਤੇ ਪੁਆਂਦੀ ਸੀ ਨਾ ਕਾਠ ਦੀ ਢੋ। ਸੱਟ ਤਾਂ ਇੱਕ ਪਾਸੇ ਕੋਈ ਕਿਧਰੇ ਝਬਣ ਵਾਲੀ ਚੀਜ਼ ਵੀ ਨਹੀਂ ਸੀ। ਹਿੰਦੂ ਦੀਆਂ ਉਂਗਲਾਂ ਦੁਲਾਰੀ ਦੇ ਸਿਰ ਦੇ ਰੋਬੜੇ ਨੂੰ ਪਲੋਸਦੀਆਂ ਹੋਈਆਂ ਉਹਨੂੰ ਦੁਖਾਉ ਵੀ ਰਹੀਆਂ ਸੀ ਤੇ ਆਰਾਮ ਵੀ ਪੁਚਾਰ ਰਹੀਆਂ ਸੀ ਦੁਲਾਰੀ ਦੀਆਂ ਗੱਲਾਂ 'ਚ ਵੱਡੇ-ਵੱਡੇ ਤੇ ਪਿਆਰੇ-ਪਿਆਰੇ ਟੋਏ ਪੈਂਦੇ ਸਨ இந்து ਨੇ ਉਹਨਾਂ ਟੋਆਂ ਵੱਲ ਤੱਕਦਿਆਂ ਕਿਹਾ ਹਾਏ ਨਹੀਂ ਮੁੰਨੀ ਤੇਰੀ ਸੱਸ ਮਰੇ ਕਿੱਡੇ-ਕੱਡੇ ਟੋਏ ਪੈਂਦੇ ਆ ਤੇਰੀਆਂ ਗੱਲਾਂ 'ਚ ਤੇ ਮੁੰਨੀ ਨੇ ਮੁੰਨੀ ਵਾਂਗ ਹੀ ਕਿਹਾ ਟੋਏ ਤਾਂ ਤੇਰੇ ਵੀ ਪੈਂਦੇ ਨੇ ਭਾਬੀ ਹਾਂ ਮੁੰਨੀ இந்து ਨੇ ਕਿਹਾ ਤੇ ਠੰਡਾ ਹੌਕਾ ਖਿੱਚਿਆ ਮਦਨ ਨੂੰ ਕਿਸੇ ਗੱਲ ਦਾ ਗੁੱਸਾ ਸੀ ਉਹ ਕੋਲ ਹੀ ਖੜਾ ਸਭ ਕੁਝ ਸੁਣ ਰਿਹਾ ਸੀ ਬੋਲਿਆ ਮੈਂ ਤੇ ਕਹਿਣਾ ਇੱਕ ਤਰ੍ਹਾਂ ਨਾਲ ਚੰਗਾਈਏ ਕਿਉਂ ਚੰਗਾ ਕਿਉਂ ਹੈ இந்து ਨੇ ਪੁੱਛਿਆ ਹੋਰ ਕੀ ਨਾ ਹੋਊਗਾ ਬਾਂਸ ਨਾ ਵੱਜੂਗੀ ਬਾਂਸਰੀ ਸਸ ਨਾ ਹੋਵੇ ਤਾਂ ਕੋਈ ਝਗੜਾ ਹੀ ਨਹੀਂ ਰਹਿੰਦਾ இந்து ਨੇ ਗੁੱਸਾ ਕਰਦਿਆਂ ਕਿਹਾ ਤੁਸੀਂ ਜਾਓ ਜੀ ਸੌਂ ਜੋ ਜਾ ਕੇ ਵੱਡੇ ਆਏ ਕੋਈ ਹੋਏਗਾ ਤਾਂ ਲੜੇਗਾ ਵੀ ਮਸਾਣਾ ਵਰਗੀ ਚੁੱਪ ਨਾਲੋਂ ਝਗੜਾ ਚੰਗਾ ਜਾਓ ਨਾ ਰਸੋਈ 'ਚ ਤੁਹਾਡਾ ਕੀ ਕੰਮ ਤੇ ਮਦਨ ਕੱਚਾ ਜਿਹਾ ਹੋ ਗਿਆ ਸੀ ਬਹੁਤ ਨਿਰਾਮ ਦੇ ਦਾਬੇ ਕਾਰਨ ਬਾਕੀ ਨਿਆਣੇ ਤਾਂ ਪਹਿਲਾਂ ਹੀ ਆਪੋ ਆਪਣੇ ਬਿਸਤਰਿਆਂ 'ਚ ਇੰਜ ਜਾ ਪਏ ਜਿਵੇਂ ਡਾਕ ਘਰ 'ਚ ਚਿੱਠੀਆਂ ਸੌਰਟ ਹੁੰਦੀਆਂ ਨੇ ਪਰ ਮਦਨ ਉੱਥੇ ਹੀ ਖੜਾ ਰਿਹਾ ਵਿਰੋਧ ਨੇ ਉਹਨੂੰ ਢੇਟ ਤੇ ਬੇਸ਼ਰਮ ਬਣਾ ਦਿੱਤਾ ਸੀ ਪਰ ਇਸ ਵੇਲੇ ਜਦੋਂ இந்து ਨੇ ਵੀ ਉਹਨੂੰ ਘੁਰਕ ਦਿੱਤਾ ਤਾਂ ਰੋਣ ਹਾਕਾ ਜਿਹਾ ਹੋ ਕੇ ਅੰਦਰ ਚਲਾ ਗਿਆ ਢੇਰ ਤੱਕ ਮਦਨ ਬਿਸਤਰੇ ਤੇ ਪਿਆ ਪਾਸੇ ਪਰਤਦਾ ਰਿਹਾ ਪਰ ਬਾਉ ਜੀ ਦੇ ਡਰ ਕਰਕੇ இந்து ਨੂੰ ਆਵਾਜ਼ ਮਾਰਨ ਦੀ ਹਿੰਮਤ ਨਹੀਂ ਪਈ ਉਦੀ ਬੇਬਸੀ ਦੀ ਹੱਦ ਹੋ ਗਈ ਜਦੋਂ ਮੁੰਨੀ ਨੇ ਸਵਾਨ ਲਈ இந்து ਦੀ ਲੋਰੀ ਸੁਣਾਈ ਦਿੱਤੀ ਤੂੰ ਆ ਨਿੰਦੋ ਰਾਣੀ ਨੀ ਕਮਲੇ ਮਸਤਾਨੀ ਉਹ ਲੋਰੀ ਜਿਹੜੀ ਦੁਲਾਰੀ ਮੁੰਨੀ ਨੂੰ ਸੁਵਾ ਰਹੀ ਸੀ ਮਦਨ ਦੀ ਨੀਂਦ ਉਡਾ ਰਹੀ ਸੀ ਆਪਣੇ ਆਪ ਤੋਂ ਅੱਕ ਕੇ ਉਹਨੇ ਜ਼ੋਰ ਨਾਲ ਚਾਦਰ ਤਾਣ ਲਈ ਸਫੈਦ ਚਾਦਰ ਦੇ ਸਿਰ ਤੱਕ ਲੈਣ ਤੇ ਖਾਮ ਖਾਂ ਸਾਹ ਰੋਕ ਲੈਣ ਕਰਕੇ ਕਿਸੇ লাশ ਵਾਂਗ ਲੱਗਣ ਲੱਗ ਪਿਆ ਮਦਨ ਨੂੰ ਇੰਜ ਲੱਗਿਆ ਜਿਵੇਂ ਮਰ ਚੁੱਕਿਆ ਤੇ ਉਹਦੀ ਲਾੜੀ இந்து ਉਹਦੇ ਕੋਲ ਬੈਠੀ ਉੱਚੀ ਉੱਚੀ ਰੋ ਰਹੀ ਹੈ ਤੇ ਜ਼ੋਰ ਜ਼ੋਰ ਨਾਲ ਸਿਰ ਪੇਟ ਰਹੀ ਹੈ ਕੰਦ ਨਾਲ ਬਾਹਾਂ ਮਾਰ ਮਾਰ ਕੇ ਝੂੜੀਆਂ ਬੰਨ ਰਹੀ ਹੈ ਤੇ ਫੇਡਿਗਦੀ ਟੰਦੀ ਰੋਂਦੀ ਪੇਟਦੀ ਰਸੋਈ ਚ ਜਾਂਦੀ ਹੈ ਤੇ ਚੁੱਲ੍ਹੇ ਦੀ ਸੁਆਹ ਸਿਰ ਚ ਪਾ ਲੈਂਦੀ ਹੈ ਤੇ ਫਿਰ ਬਾਹਰ ਨਿਕਲ ਜਾਂਦੀ ਹੈ ਬਾਹਾਂ ਉਲਾਰ-ਉਲਾਰ ਕੇ ਗਲੀ ਮਹਲੇ ਦੇ ਲੋਕਾਂ ਨੂੰ ਫਰਿਆਦ ਕਰਦੀ ਹੈ ਲੋਕੋ ਮੈਂ ਲੁੱਟੀ ਗਈ ਵੇ ਉਹਨਾਂ ਨੂੰ ਦੁਪੱਟੇ ਦੀ ਪਰਵਾਹ ਨਹੀਂ ਕਮੀਜ਼ ਦੀ ਪਰਵਾਹ ਨਹੀਂ ਮਾਂਗ ਦਾ ਸੰਦੂਰ ਵਾਲਾਂ ਦੇ ਫੁੱਲ ਤੇ ਝੜੀਆਂ ਸਭ ਨੰਗੇ ਹੋ ਗਏ ਜਜ਼ਬਾਤ ਦੇ ਖਿਆਲਾਂ ਦੇ ਤੋਤੇ ਉੱਡ ਚੁੱਕੇ ਨੇ ਧੰਨਵਾਦ ਚਲਦਾ